ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਾਫੀ ਦਿਨਾਂ ਬਾਅਦ ਲੈ ਕੇ ਹਾਜ਼ਰ ਹਾਂ ਇੱਕ ਨਵਾਂ ਸਟਾਈਲ। ਸਟਾਈਲ ਤਾਂ 5-7 ਸਾਲ ਪੁਰਾਣਾ ਹੈ, ਪਰ ਵੀਡੀਓ ਪਹਿਲੀ ਵਾਰ। ਇਹ ਕਾਫੀ ਕਮੈਂਟ ਆਏ ਸੀ ਇਹ ਪੱਗ ਵਾਸਤੇ, ਜਿੱਦਾਂ ਲੜ ਜੋੜ ਜੋੜ ਕੇ ਦੋ ਲੜਾਂ ਨੂੰ ਇਕੱਠਿਆਂ ਨੂੰ ਤ੍ਰੇੜੀ ਕੀਤਾ ਜਾਂਦਾ, ਅਤੇ ਉਹਦੀ ਵੀਡੀਓ ਦੀ ਡਿਮਾਂਡ ਸੀ ਇਹ। ਜਦੋਂ ਮੈਂ ਸਟਾਈਲ ਨਵਾਂ ਕੱਢਿਆ ਸੀ ਉਦੋਂ ਹੀ ਮੈਂ ਸ਼ੁਰੂ ਕੀਤਾ ਸੀ, 1 ਤੋਂ 6 ਲੜ ਬਣਾ ਕੇ, ਯਾਨੀ ਟੋਟਲ ਪੱਗ ਦੇ 30 ਕੁ ਲੜ ਬਣਾ ਕੇ ਉਹਨੂੰ 15 ਦੇ ਪੇਅਰ 'ਚ ਕਨਵਰਟ ਕਰ ਦਿੰਦਾ ਹਾਂ ਮੈਂ, ਅਤੇ ਫਿਰ ਟਾਈਮ ਟਾਈਮ ਦੇ ਨਾਲ ਇਹਦੇ 'ਚ ਬਦਲਾਅ ਵੀ ਹੁੰਦਾ ਰਿਹਾ। ਅਤੇ ਹੁਣ ਜਿਹੜੀ ਮੈਂ ਵੀਡੀਓ ਬਣਾਉਣ ਲੱਗਾ ਇਹ ਮੈਂ 1 ਤੋਂ 3 ਲੜ ਬਣਾ ਕੇ ਕੋਈ 16-17-18 ਲੜ ਬਣ ਗਏ, ਅਤੇ ਉਹਦੇ ਵਿੱਚੋਂ ਆਪਾਂ ਪੇਅਰ ਬਣਾਵਾਂਗੇ। ਅਤੇ ਵੈਸੇ 1 ਤੋਂ 3 ਲੜ ਪੱਗ ਦੀ ਵੀਡੀਓ ਮੈਂ ਪਹਿਲਾਂ ਪਾ ਚੁੱਕਾ ਵਾਂ, ਜਿਨ੍ਹਾਂ ਵੀਰਾਂ ਨਹੀਂ ਵੇਖੀ ਅਤੇ ਉਹ ਵੀਡੀਓ ਸਾਰੀ ਵੇਖ ਲਿਓ, ਜਿਨ੍ਹਾਂ ਵੇਖੀ ਆ ਉਹ 10 ਕੁ ਮਿੰਟ 'ਤੇ ਜਾ ਕੇ, ਜਿਨ੍ਹਾਂ ਬਸ ਉਹੀ ਵੇਖਣੀ ਉਹ ਵੇਖ ਸਕਦਾ। ਅਤੇ ਹਾਂ, ਪਹਿਲਾਂ ਵੀ ਜਿਹੜੀ ਪੱਗ ਦੀ ਵੀਡੀਓ ਬਣਾਈ ਉਹ ਵੀ ਇਸੇ ਕਲਰ 'ਚ ਹੀ ਬਣਾਈ ਸੀ, ਮਸਟਰਡ 'ਚ, ਅਤੇ ਉਹ ਵੀਡੀਓ ਪਾਉਣ ਦਾ ਕਰਕੇ ਮੈਨੂੰ ਥੋੜ੍ਹੀ ਜਿਹੀ ਸ਼ੋਰਟਕੱਟ 'ਚ ਬਣਾਇਆ। ਅਤੇ ਇਰਾਦਾ ਸੀ ਮੇਰਾ ਇਹਦੀ ਪੇਅਰ ਜੇ ਬਣਾਉਣ ਦਾ, ਅਤੇ ਪਰ ਇਹਦੇ 'ਚੋਂ ਮੈਂ ਬਣਾਤੀਆਂ ਇਹਦੇ ਤੋਂ 1-2 ਸਟਾਈਲ ਹੋਰ ਕਰਤੇ ਨਾਲ, ਉਹਦਾ ਥੋੜ੍ਹਾ ਜਿਹਾ ਮੈਂ ਪਾਰਟ ਬੀ ਕਰਕੇ ਪਾ ਦੂੰਗਾ। ਅਤੇ ਇਹ ਥੋੜ੍ਹੀ ਜ਼ਿਆਦਾ ਵੱਡੀ ਨਾ ਹੋ ਜਾਵੇ, ਫਿਰ ਮੈਂ 1-3 ਲੜ ਬਣਾ ਕੇ ਅਤੇ ਇਹਦੀ ਪੇਅਰ ਜੇ ਬਣਾ ਕੇ ਉਹਨੂੰ 3D ਕਰਕੇ ਇੰਨੀ ਕੁ ਵੀਡੀਓ ਮੈਂ ਪਾ ਦਿੱਤੀ ਆ। ਬਾਕੀ 1-3 ਲੜ ਸੌਖੇ ਬਣ ਜਾਂਦੇ ਆ, 1-4 ਇਹ ਤੋਂ ਬਾਅਦ 'ਚ ਥੋੜ੍ਹੇ ਔਖੇ ਬਣਦੇ ਆ, ਅਤੇ ਉਹਨਾਂ 'ਚ ਕੁਆਲਿਟੀ ਥੋੜ੍ਹੀ ਔਖੀ ਆਉਂਦੀ ਆ। 1-3 ਕਾਫੀ ਹੱਦ ਤੱਕ ਜਿਹੜੇ ਬਣਦੇ ਆ ਵੀਰ ਉਹਨਾਂ ਨੂੰ ਪਤਾ ਕੋਈ ਏਡੇ ਔਖੇ ਨਹੀਂ ਆ, ਮੈਂ ਤਾਂ ਇਹਦੇ ਵਿੱਚ ਪੇਅਰ ਬਣਾਏ ਆ। ਜਿਉਂ ਜਿਉਂ ਆਪਾਂ ਲੜ ਵਧਾਉਂਦੇ ਜਾਵਾਂਗੇ, ਜਿੱਦਾਂ 1-4, 4-6, ਫਿਰ ਉਹਦੇ 'ਚ ਜਿਹੜੇ ਪੇਅਰ ਉਹ ਬਿਲਕੁਲ ਬਰੀਕ ਹੁੰਦੇ ਜਾਣਗੇ, ਇਹਦੇ 'ਚ ਕਾਫੀ ਮੋਟੇ ਰਹਿਣਗੇ, ਜਿੱਦਾਂ ਆਪਾਂ 11 ਲੜ ਵਾਲੀ ਪੱਗ ਬੰਨਦੇ ਨਾ ਇੱਦਾਂ 3D ਹੋ ਜਾਣਗੇ, ਜੇ ਆਪਾਂ ਥੋੜ੍ਹਾ ਜਿਹਾ ਜ਼ੋਰ ਲਾ ਕੇ ਕਰਾਂਗੇ ਇਹਦੇ। ਬਾਕੀ ਬੜਾ ਤੁਸੀਂ ਚੈਨਲ ਨੂੰ ਪਿਆਰ ਦਿੱਤਾ, ਅਤੇ ਡਿਮਾਂਡਾਂ ਆਉਂਦੀਆਂ ਰਹਿੰਦੀਆਂ ਵਾ, ਹੁਣ ਸਿਆਲ 'ਚ ਆਪਣਾ ਸੀਜ਼ਨ ਚੱਲਣ ਕਰਕੇ ਨਾ ਥੋੜ੍ਹੀਆਂ ਵੀਡੀਓ ਘੱਟ ਪੈਂਦੀਆਂ, ਲੇਟ ਹੀ ਪੈਂਦੀ ਆ। ਅਤੇ ਆਹ ਵੀ ਵੀਡੀਓ ਮੈਂ ਬਣਾਈ ਨੂੰ ਕਿੰਨੇ ਦਿਨ ਹੋ ਗਏ, ਐਡਿਟ ਕਰਨ ਖੁਣੋ ਹੀ ਨਹੀਂ ਬਣੀ, ਅਤੇ ਕੰਮ ਸਾਰਾ ਇਹਦੇ 'ਚ ਜ਼ਿਆਦਾ ਬਾਜਦਾ ਹੀ ਆ। ਵੀਡੀਓ ਵੇਖੋ ਤੁਸੀਂ ਅਤੇ ਦੱਸਿਓ, ਜਿਹੜੀ ਆਪਾਂ 1-3 ਲੜ ਵਾਲੀ ਪਹਿਲਾਂ ਵੀਡੀਓ ਪਾਈ ਉਹਦੇ 'ਚ ਅਤੇ ਇਹਦੇ 'ਚ ਸ਼ੇਪ ਦਾ ਫਰਕ ਹੋਊਗਾ ਥੋੜ੍ਹਾ, ਬਾਕੀ ਹੋਰ ਕੋਈ ਖਾਸ ਫਰਕ ਨਹੀਂ। ਅਤੇ ਜ਼ਿਆਦਾ ਡਿਮਾਂਡ ਇਹਦੇ 'ਚ ਜਿਹੜੀ ਪੇਅਰ ਵਾਲੀ ਸੀ ਉਹ ਪੂਰੀ ਕੀਤੀ ਆ। ਅਤੇ ਇਹ ਵੀਡੀਓ ਜੇ ਤੁਸੀਂ ਦੱਸ ਦਿਓ ਹੁਣ ਫਿਰ ਇਹਦੇ ਤੋਂ ਬਾਅਦ 'ਚ ਕਿਹੜੀ ਪਾਈਏ, ਉਹ ਮੇਰਾ ਇਰਾਦਾ ਵੀ ਪੇਅਰ ਵਾਲੀ 'ਚ ਜਿੱਦਾਂ 1-4 ਲੜ 'ਚ ਵੀ ਪਾ ਦਾਂਗੇ ਜਾਂ 1-6 'ਚ ਵੀ, ਉਹਨਾਂ ਦੀ ਲੁੱਕ ਇੱਕ ਡਿਫਰੈਂਟ ਹੋ ਜਾਂਦੀ ਆ, ਕਾਫੀ ਫਰਕ ਪੈ ਜਾਂਦਾ। ਅਤੇ ਆ ਜਿਹੜਾ ਮੈਂ ਮਿਊਜ਼ਿਕ ਨਾਲ ਹੁਣ ਪਲੇ ਕਰਤਾ ਏ, ਉਹ ਹੀ ਭਾਊ ਅੰਸ਼ਦੀਪ ਸਿੰਘ ਨੇ ਭੇਜਿਆ ਸੀ ਮੈਨੂੰ ਇੱਕ ਵਾਰੀ, ਮੈਂ ਹਰ ਵੀਡੀਓ 'ਚ ਇਹਨੂੰ ਪਾ ਦਿੰਦਾ, ਬਸ ਉਹਨੂੰ ਮੈਂ ਕਹਿੰਦਾ ਵਾਂ ਭਰਾ 2000 ਹੋਰ ਬਣਾ, ਇਹਦੀ ਵੀ ਬੜੀ ਡਿਮਾਂਡ ਆਈ ਸੀ, ਮਿਊਜ਼ਿਕ ਬੜਾ ਸੋਹਣਾ, ਅਤੇ ਇਹ ਸੁਣੋ ਨਾਲ ਨਾਲ ਤੁਸੀਂ।
ਇਹ ਸਾਰੀ ਪੱਗ ਹੁਣ ਆਪਣੀ ਉਹ ਹੋ ਗਈ ਕੰਪਲੀਟ। ਇੱਥੇ ਤਾਂ ਬੱਸ ਵੀ ਕਰ ਸਕਦੇ ਹਾਂ, ਪਰ ਪੇਅਰ ਵਾਲਾ ਕੁਆਮ ਇੱਥੋਂ ਸ਼ੁਰੂ ਹੁੰਦਾ ਊਂ, ਅਤੇ ਨਾਲ ਨਾਲ ਵੀ ਬਣ ਜਾਂਦੇ ਆ। ਜਿੱਦਾਂ ਜਿੱਦਾਂ ਆਪਾਂ ਇੱਕ ਲੜ ਲਾਉਂਦੇ ਉਦੋਂ ਵੀ ਬਾਜ ਫੇਰ ਕੇ ਆਪਾਂ ਪੇਅਰ ਬਣਾ ਦਈਏ, ਪਰ ਮੈਂ ਹਮੇਸ਼ਾ ਤੋਂ ਪੂਰੀ ਪੱਗ ਕੰਪਲੀਟ ਕਰਕੇ ਇਹਦੇ ਇਹਦਾ ਜਿਹੜਾ ਮੈਂ ਤੁਹਾਨੂੰ ਦੱਸਦਾ ਹਾਂ, ਮੈਂ ਡਿਜ਼ਾਇਨ ਜਦੋਂ ਕ੍ਰੀਏਟੀਵਿਟੀ ਹੋਈ ਸੀ, ਜਿੱਦਾਂ ਆਪਾਂ ਲੜ ਬਣਾਉਂਦੇ ਹਾਂ ਅਤੇ ਕੋਈ ਕਮੀ ਕੁਮੀ ਜੀ ਰਹਿ ਜਾਂਦੀ ਹੈ ਨਾ ਪੱਗ 'ਚ, ਜਿੱਦਾਂ 15 ਲੜ ਬਣਾਏ, 20 ਸਾਰੇ ਬੈਲੈਂਸ ਨਹੀਂ ਆ, ਕੋਈ ਮੋਟਾ ਕੋਈ ਪਤਲਾ, ਇਹ ਅਚਾਨਕ ਹੀ ਪਤਾ ਨਹੀਂ ਤੁੱਕਾ ਜਿਹਾ ਲੱਗਾ, ਬਾਜ ਬੂਜ ਮਾਰ ਕੇ ਆ ਬਣ ਗਿਆ। ਅਤੇ ਇਹ ਉਹ ਚੀਜ਼ਾਂ ਕਵਰ ਕਰ ਜਾਂਦੇ ਆ ਜਿੱਦਾਂ ਕੋਈ ਲੜ ਮੋਟਾ ਰਹਿ ਗਿਆ, ਕੋਈ ਪਤਲਾ, ਕੋਈ ਗੈਪ। ਇਹਦੇ 'ਚ ਆਪਾਂ ਦੋ ਲੜਾਂ ਨੂੰ ਜੋੜ ਕੇ ਅਤੇ ਉਹਨਾਂ ਨੂੰ ਜਦੋਂ ਆਪਾਂ 3D ਕਰਦੇ ਹਾਂ ਨਾ, ਦੋਵਾਂ ਨੂੰ ਇਕੱਠਿਆਂ ਨੂੰ ਪਿੰਚ ਕਰਦੇ ਹਾਂ, ਫੜ ਕੇ ਦੋਵਾਂ ਨੂੰ ਇਕੱਠਿਆਂ ਨੂੰ ਫੜ ਕੇ ਘੁੱਟ ਦਈਦਾ। ਜਿਹੜਾ ਥੱਲੇ ਵਾਲਾ ਲੜ ਆ ਉਹਨੂੰ ਥੋੜ੍ਹਾ ਮੋਟਾ ਰੱਖੀਦਾ, ਉੱਪਰ ਵਾਲੇ ਨੂੰ ਬਰੀਕ ਕਰ ਦਈਦਾ। ਅਤੇ ਉਹ ਜਦੋਂ ਆਪਾਂ ਉਹਨੂੰ 3D ਕਰੀਦੇ ਆ ਅਤੇ ਉਹ ਇੱਕੋ ਲੜ ਜਿਹਾ ਬਣ ਕੇ ਹਾਈਲਾਈਟ ਹੁੰਦਾ, ਅਤੇ ਇੱਕੋ ਦਮ ਨਹੀਂ ਹੁੰਦਾ, ਥੋੜ੍ਹੀ ਜਿਹੀ ਮਿਹਨਤ ਕਰਨੀ ਪੈਂਦੀ ਆ। ਇਹ ਨਹੀਂ ਮੈਂ ਪਹਿਲੀ ਵਾਰੀ ਇੱਦਾਂ ਇਹਨੂੰ ਨੱਪਣ ਡਿਆ ਵਾਂ ਅਤੇ ਹੋ ਜਾਣੇ ਆ, ਇਹ 5-4 ਵਾਰੀ ਨੱਪਣੇ ਪੈਂਦੇ ਆ ਅਤੇ 2-3 ਕੋਡ ਕਰਨੇ ਹੀ ਪੈਂਦੇ ਆ ਇਹਦੇ। ਅਤੇ ਉੱਦਾਂ ਬੈਲੈਂਸ ਜਿਹੜਾ ਪੇਚਿਆਂ ਦਾ ਮੋਟੇ ਪਤਲਿਆਂ ਦਾ ਇਹਦੇ 'ਚ ਵੀ ਧਿਆਨ ਰੱਖਣਾ ਪੈਂਦਾ। ਇਹ ਪਰ ਆਪਾਂ ਲੜ ਫੋਲਡ ਕਰਨੇ ਹੁੰਦੇ ਆ, ਹੋ ਜਾਂਦਾ ਐਡਜਸਟ ਕਰ ਲਈਦੇ ਆ, ਅਤੇ ਜਿਹੜੀ ਇਹਨਾਂ ਦੀ ਸਪੇਸ ਉਹ ਵੀ ਐਡਜਸਟ ਕਰ ਲਈਦੀ ਆ। ਅਤੇ ਜਿੱਦਾਂ ਆਪਾਂ ਉੱਪਰੋਂ ਜਦੋਂ ਬਣਾਉਣੇ ਸ਼ੁਰੂ ਕੀਤੇ ਅਤੇ ਉੱਪਰ ਵਾਲੇ ਲੜਾਂ ਦਾ ਗੈਪ ਬੜਾ ਸੋਹਣਾ ਬਣ ਜਾਂਦਾ, ਪਰ ਜਿਉਂ ਜਿਉਂ ਆਪਾਂ ਇਹਨੂੰ ਥੱਲੇ ਨੂੰ ਲੈ ਕੇ ਆਉਂਦੇ ਹਾਂ ਨਾ, ਜਿੱਦਾਂ ਅੱਖ ਵਾਲੇ ਪਾਸੇ ਨੂੰ, ਅਤੇ ਫਿਰ ਥੋੜ੍ਹਾ ਕੰਮ ਔਖਾ ਹੋ ਜਾਂਦਾ, ਫਿਰ ਉਦੋਂ ਗੈਪ ਘੱਟ ਰਹਿੰਦਾ ਜਾਂਦਾ। ਅਤੇ ਜਦੋਂ ਆਪਾਂ ਜ਼ਿਆਦਾ ਪੇਚਿਆਂ ਦੀ ਗਿਣਤੀ ਬਣਾ ਲੈਂਦੇ ਹਾਂ 25, ਉਹਦੇ 'ਚ ਫਿਰ ਜਿਹੜੇ ਆਪਾਂ ਪਿੰਚ ਕਰਨੇ ਉਹਦੇ 'ਚ ਸਪੇਸ ਹੀ ਨਹੀਂ ਰਹਿੰਦੀ, ਜਿੱਦਾਂ ਆਪਾਂ ਉਂਗਲਾਂ ਨਾਲ ਫੜ ਕੇ ਉਹਨੂੰ ਘੁੱਟਣਾ ਹੁੰਦਾ। ਅਤੇ ਆਹ ਆਪਣਾ ਬਾਜ ਦੇ ਨਾਲ ਦੂਜਾ ਸਾਥੀ ਮੋਸ਼ਨ ਆ, ਇਹ ਬੜਾ ਕੰਮ ਆਉਂਦਾ ਆਪਣੇ ਇਹੋ ਜਿਹੀਆਂ ਪੱਗਾਂ, ਆਹ ਅੰਮ੍ਰਿਤਸਰ ਸਿਆਹੀ ਜਿੰਨੇ ਵੀ ਸਟਾਈਲ ਆ ਨਾ, ਇਹਨਾਂ 'ਚ ਖਾਸਾ ਕੰਮ ਆਉਂਦਾ। ਆਹ ਵੇਖੋ ਜਿੱਦਾਂ ਹੁਣ ਇਹਨੂੰ ਮੈਂ 2-4 ਵਾਰੀ ਕੀਤਾ 3D, ਅਤੇ ਹੋਰ ਵਧੀਆ ਹੁੰਦੇ ਜਾਣੇ, ਇਹ ਹੁੰਦੇ ਹੀ ਜਾਣੇ ਜਿੰਨੀ ਆਪਾਂ ਕਰੀ ਜਾਵਾਂਗੇ ਨਾ। ਅਤੇ ਇਹ ਕਈ ਕਿਤੇ 100 ਪਿੱਛੇ ਇੱਕ ਅੱਧਾ ਕਮੈਂਟ ਆਉਂਦਾ ਵੀ ਆ ਜਾਂਦਾ ਹੁੰਦਾ, ਇੰਨੀ ਔਖੀ ਪੱਗ, ਇੰਨਾ ਟਾਈਮ। ਅਤੇ ਇਹ ਵੀਰ ਜੇ ਨਹੀਂ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਹਾਡੇ ਵਾਸਤੇ ਹੈ ਵੀ ਨਹੀਂ ਆ, ਜੇ ਕੋਈ ਜਿਹਨੂੰ ਹੈਗਾ ਸ਼ੌਂਕ ਕਰ ਸਕਦਾ, ਕੋਈ ਵੇਲਣੇ 'ਚ ਬਾਂਹ ਨਹੀਂ ਆਈ ਵੀ ਤੁਸੀਂ ਵੀ ਕਰਨਾ ਹੀ ਕਰਨਾ ਵਾ, ਅਤੇ ਜਾਂ ਕਿੰਤੂ ਪਰੰਤੂ ਕਰਨਾ, ਨਹੀਂ ਚੰਗੀ ਲੱਗੀ ਤਾਂ ਗਾਂਹ ਜਾਓ, ਆਪਣਾ ਕੰਮ ਕਾਰ ਕਰੋ, ਹੋਰ ਕੋਈ ਹੋਰ ਕੁਝ ਵੇਖ ਲਓ। ਇਹ ਆਪਣੇ ਜਿੰਨੇ ਵੀ ਪ੍ਰੋਫੈਸ਼ਨਲ ਵੀਰ ਆ ਉਹਨਾਂ ਵਾਸਤੇ ਇਹ ਚੀਜ਼ਾਂ ਜ਼ਰੂਰੀ ਆ, ਕਿਉਂਕਿ ਉਹਦੇ ਕੋਲ ਉਹਦੇ ਭੱਥੇ 'ਚ ਤੀਰ ਹੋਣਗੇ ਤਾਂ ਚਲਾਊਗਾ, ਜੇ ਉਹੀ 2-4 ਸਟਾਈਲ ਹੋਣਗੇ ਤਾਂ ਕੀ ਕਰ ਲਓ ਵੱਧ ਤੋਂ ਵੱਧ, ਹੈ ਨਾ। ਚੱਲ ਅੱਗੇ ਆਪਣਾ ਸਰਵ ਕਰ ਲੈਣੇ ਆਪਣੇ ਵਾਸਤੇ ਵੀ, ਤੁਹਾਡੇ ਕੋਲ ਜਿਹੜਾ ਬੰਦਾ ਪ੍ਰੋਫੈਸ਼ਨਲ ਆ ਇਹ ਫੀਲਡ 'ਚ ਆ ਉਹਦੇ ਕੋਲ ਬੜਾ ਕੁਝ ਹੋਣਾ ਚਾਹੀਦਾ, ਅਤੇ ਫਿਰ ਹੀ ਲੋਕ ਕੋਈ ਸੱਦ ਦੇ ਬੁਲਾਉਂਦੇ ਕਰਦੇ ਆ। ਅਤੇ ਇਹਦਾ ਕਰਕੇ ਫਿਰ ਕ੍ਰੀਏਟੀਵਿਟੀ ਕਰਨੀ ਪੈਂਦੀ ਹੈ। ਅਜੇ ਤਾਂ ਹੋਰ ਵੀ ਚਲੋ ਅਜੇ ਬਥੇਰੀ ਕਰ ਛੱਡੀ ਪਹਿਲਾਂ, ਹੋਰ ਵੀ ਵਾਹਿਗੁਰੂ ਦੀ ਕਿਰਪਾ ਨਾਲ ਕਰਾਂਗੇ। ਅਤੇ ਇਹ ਥੋੜ੍ਹੀਆਂ ਪੁਰਾਣੀਆਂ ਚੀਜ਼ਾਂ ਸੀ, ਪਹਿਲਾਂ ਇਹ ਪਾ ਲਈਏ ਇੰਨੀਆਂ ਕੁ ਯੂਟਿਊਬ 'ਤੇ, ਫਿਰ ਅੱਗੇ ਵੀ ਕਰਾਂਗੇ। ਇਹਦੇ 'ਚ ਬਣ ਗਏ ਸੀ ਆਪਣੇ 16 ਪੇਜ, 3-3 ਬਣਾਏ ਸਾਰੇ ਲੜਾਂ ਦੇ, ਸਾਰਿਆਂ ਦੇ ਨਹੀਂ, ਲਾਸਟ ਸਿੰਗਲ ਜਾਂ ਇਹਦੇ 'ਚ ਪੇਅਰ ਵਾਲੀ 'ਚ ਆਪਾਂ ਲਾਸਟ ਦੇ ਵੀ 2 ਬਣਾ ਸਕਦੇ ਹਾਂ। ਉਹ ਮੈਂ ਜਿੰਨੀਆਂ ਵੀ ਜ਼ਿਆਦਾ ਤੋਂ ਜ਼ਿਆਦਾ ਪੇਜ ਬਣਾ ਲਾ, ਆਖਰੀ ਲੜ ਉਹਦਾ ਮੈਂ ਸਿੰਗਲ ਹੀ ਲਾਉਣਾ, ਸ਼ੇਪ ਨੂੰ ਧਿਆਨ 'ਚ ਰੱਖਦੇ ਹੋਏ। ਅਤੇ ਇੱਦਾਂ ਇੱਦਾਂ ਜਦੋਂ ਥੱਲੇ ਵੱਲ ਤੁਰੇ ਜਾਣਾ, ਨਾਲ ਹੀ ਗੈਪ ਐਡਜਸਟ ਕਰਦੇ ਜਾਣਾ,
ਥੱਲੇ ਜਾ ਕੇ ਜਦੋਂ ਆਪਾਂ ਨੂੰ ਆਉਂਦੀ ਆ ਪ੍ਰੋਬਲਮ ਗੈਪ ਦੀ, ਬਿਲਕੁਲ ਥੋੜ੍ਹਾ ਰਹਿ ਜਾਂਦਾ ਜਾਂ ਉੱਪਰ ਵਾਲੇ ਪੇਚਾਂ ਨਾਲ ਮੇਲ ਨਹੀਂ ਖਾਂਦਾ, ਫਿਰ ਕਦੀ ਕਦੀ ਲਾੜ ਇੱਕ ਦੋ ਥੱਲਿਓਂ ਗੈਪ ਵੀ ਕਰਨੇ ਪੈਂਦੇ ਆ ਸਪੇਸ ਵਧਾਉਣ ਵਾਸਤੇ। ਇਹ ਪੱਗ 'ਚ ਤਾਂ ਉਹ ਲੋੜ ਪਈ ਨਹੀਂ, ਜਦੋਂ ਕਿਤੇ ਪਊਗੀ ਤਾਂ ਮੈਂ ਉਹਦੀ ਵੀਡੀਓ ਬਣਾ ਕੇ ਦੱਸੂੰਗਾ ਵੀ ਉਹ ਗਾਇਬ ਕਿੱਦਾਂ ਕਰਨੇ, ਵਿੱਚੋਂ ਬਣੇ ਬਣਾਏ ਲੜ ਵਿੱਚੋਂ ਖਤਮ ਕਿੱਦਾਂ ਕਰ ਦੇਣੇ ਆ। ਬਾਕੀ ਇਹਦੇ 'ਚ ਜ਼ਿਆਦਾ ਬਾਜ ਅਤੇ ਇੱਕ ਆ ਮੋਚਣਾ ਕੰਮ ਆਉਂਦਾ, ਮੋਚਣਾ ਵੀ ਉੱਥੇ ਕੰਮ ਆਉਂਦਾ ਜਿੱਥੋਂ ਆਪਾਂ ਮਰੂੜੀ ਦਿੰਦੇ ਹਾਂ ਨਾ, ਉੱਥੇ ਇੱਕ ਬਿਲਕੁਲ ਸਪੇਸ ਘੱਟ ਹੁੰਦੀ ਆ ਜਿਹੜਾ ਆਪਾਂ ਨਵਾਂ ਨਾ ਫੜ ਕੇ ਲੜ ਖਿੱਚ ਨਹੀਂ ਸਕਦੇ, ਉੱਥੇ ਉਹ ਮੋਚਣਾ ਕੰਮ ਆਉਂਦਾ। ਮੋਚਣੇ ਵੀ ਸਾਰੇ ਨਹੀਂ ਕੰਮ ਆਉਂਦੇ, ਵਧੀਆ ਕੁਆਲਿਟੀ ਦਾ ਥੋੜ੍ਹਾ ਵਧੀਆ ਮੈਟਲ ਜਿਹਦਾ ਹੁੰਦਾ ਪਕੜ ਜਿਹਦੀ ਵਧੀਆ ਹੁੰਦੀ ਉਹੀ ਕੰਮ ਆਉਂਦਾ। ਇਹ ਵੀਡੀਓ ਵੇਖਣ ਤੋਂ ਬਾਅਦ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਚੀਜ਼ ਦੀ ਸਮਝ ਲੱਗੀ, ਅਤੇ ਥੋੜ੍ਹਾ ਹੈਗਾ ਹੀ ਆ ਵੀਡੀਓ ਬਣਨ 'ਚ ਹੇਰ ਫੇਰ ਥੋੜ੍ਹੀ ਜਿਹੀ ਕਲੋਜ਼ ਕਰਕੇ ਮੈਨੂੰ, ਜਾਂ ਹੁਣ ਇੱਥੇ ਮੇਰਾ ਬਿਲਕੁਲ ਬਲਾਇੰਡ ਐਂਗਲ ਆ ਸ਼ੀਸ਼ੇ ਤੋਂ, ਇਹ ਜਿਹੜਾ ਸਾਰਾ ਹੱਥਾਂ ਨਾਲ ਫੀਲ ਕਰਕੇ ਕਰਨ ਵਾਲਾ ਕੰਮ ਆ, ਅਤੇ ਇਹ ਮੈਂ ਕੈਮਰੇ ਸਾਹਮਣੇ ਕਰਕੇ ਬਣਾਉਣ ਡਿਆ, ਦਿਖਦਾ ਦੁਖਦਾ ਇਹਦੇ 'ਚ ਕੁਛ ਨਹੀਂ, ਇਹ ਹੱਥਾਂ ਨੂੰ ਇੰਨਾ ਕੁ ਫੀਲ ਹੋ ਜਾਂਦਾ ਕਿ ਲੜ 'ਚ ਗੈਪ ਕਿੰਨਾ ਵਧਾਉਣਾ ਘਟਾਉਣਾ, ਉਹ ਸਾਰੇ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਹੋ ਹੀ ਜਾਂਦਾ, ਅਤੇ ਫਿਰ ਇਹਨਾਂ ਨੂੰ ਆਪਾਂ 3D ਕਰ ਲੈਣਾ ਅਖੀਰ ਤੱਕ, ਜੇ ਇੱਦਾਂ ਹੀ ਇੱਕ ਸਾਰਤਾ ਜੀ ਹੋਵੇ ਤਾਂ ਸੋਹਣੇ ਲੱਗਦੇ ਆ। ਅਤੇ ਇਹ ਪੱਗਾਂ ਇੱਦਾਂ ਦੀਆਂ ਅੰਮ੍ਰਿਤਸਰ ਸ਼ਾਹੀ ਜਿੰਨੇ ਵੀ ਸਟਾਈਲ ਆ ਇਹਦੇ 'ਚ ਬੰਦਾ ਸਾਰਾ ਦਿਨ ਪੱਗ ਸਿਰ 'ਤੇ ਸਜਾ ਕੇ ਰੱਖਦਾ, ਅਤੇ ਜਦੋਂ ਉਹਨੂੰ ਆਪਾਂ ਇਹਨੂੰ ਵਧਾਉਣਾ ਹੁੰਦਾ ਉਦੋਂ ਵੀ ਯਾਨੀ ਹੱਥ ਪੱਗ 'ਤੇ ਹੀ ਰਹਿੰਦਾ, ਇਹ ਜੇ ਕੁਛ ਨਾ ਕੁਛ ਕਰਦੇ ਹੀ ਰਹੀਦਾ। ਹੋ ਸਕਦਾ ਸਾਰਿਆਂ ਨੂੰ ਇਹ ਚੀਜ਼ ਨਾ ਆਵੇ ਪਰ ਮੈਨੂੰ ਇਹ ਬਹੁਤ ਹੈ, ਜਦੋਂ ਮੈਂ ਪੱਗ ਸ਼ਾਮ ਨੂੰ ਘਰ ਆਣ ਕੇ ਵਧਾਉਣੀ ਵੀ ਹੁੰਦੀ ਉਦੋਂ ਵੀ, ਉਦੋਂ ਵੀ 15-20 ਮਿੰਟ ਲਾ ਛੱਡੀ ਦੇ ਜਾਂ ਆਨੰਦ ਹੀ ਬੜਾ ਆਉਂਦਾ, ਅਤੇ ਜਾਂ ਇਹਨੂੰ ਫਿਰ ਖੋਲ੍ਹਣ ਨੂੰ ਜੀ ਨਹੀਂ ਕਰਦਾ ਬਾਅਦ 'ਚ ਇੱਕ ਵਾਰੀ ਬੰਨ ਲਈਏ। ਆ ਵੇਖੋ ਹੁਣ ਇਹਦੇ 'ਚ ਥੱਲੇ ਵਾਲੇ ਜਿਹੜੇ ਦੋ ਪੇਅਰ ਹੋਏ ਨੇ ਨਾ, ਇਹਨਾਂ 'ਚ ਗੈਪ ਬੜਾ ਘੱਟ ਜਾਂਦਾ, ਉਹ ਫਿਰ ਉਹਦੇ 'ਚ ਗੈਪ ਵਧਾਉਣ ਕਰਕੇ ਸਾਰਿਆਂ ਨੂੰ ਉੱਪਰਲੇ ਸਿਰੇ ਤੋਂ ਥੋੜ੍ਹਾ 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 ਐਡਜਸਟ ਕਰਕੇ ਥੱਲੇ ਵਾਲੇ 'ਚ ਉਹਦਾ ਗੈਪ ਬਰਾਬਰ ਕਰਨਾ ਹੁੰਦਾ। ਅਤੇ ਜੇ ਲੜ ਜਾਂ ਇਹਦੇ 'ਚ ਐਂ ਹੋ ਜਾਂਦਾ ਆਪਾਂ ਉੱਪਰ ਤੋਂ ਦੋ 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 ਪੇਅਰ ਕਰਦੇ ਆਏ ਹਾਂ ਜਾਂ ਕਿਸੇ ਵੇਲੇ ਧਿਆਨ ਜਿਹਾ ਨਹੀਂ ਹੁੰਦਾ ਇੰਨਾ, ਇੱਕ ਅੱਧਾ ਲੜ ਵੱਧ ਘੱਟ ਜਾਂਦਾ, ਜਦੋਂ ਮੰਨ ਲਓ 16 ਵਾਂ ਅਤੇ ਉਹ 8 ਬਣ ਜਾਣਗੇ, ਜੇ 17 ਹੋ ਗਏ ਇੱਕ ਲੜ ਨੇ ਉਹਨੂੰ ਕਿਹੜੇ ਖਾਨੇ ਪਾਉਣਾ, ਫਿਰ ਉਹਨੂੰ ਗੈਪ ਕਰਨਾ ਪੈਂਦਾ ਵਿੱਚੋਂ, ਅਤੇ ਉਹ ਲੜ ਗੈਪ ਵੀ ਕਰ ਦੇਈਦਾ। ਅਤੇ ਸਾਰੇ ਵੀਰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਨ੍ਹਾਂ ਨੇ ਸਾਰੀ ਵੀਡੀਓ ਵੇਖੀ ਆ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ। ਅਤੇ ਇਹ ਆ ਜੇ ਆਪਣਾ ਬੇਸਿਕ ਜਿਹਾ ਹੋ ਗਿਆ ਵੀ ਇਹਨੂੰ ਆਪਾਂ ਪੇਅਰ ਜੇ ਬਣਾ ਲਿਆ, ਬਾਕੀ 3D ਕੰਮ ਜਿਹੜਾ ਕਰਨ ਵਾਲਾ ਕੰਮ ਆ ਉਹਨੂੰ 5-10 ਮਿੰਟ ਵੱਖਰੇ ਲੱਗਦੇ ਆ, ਉਹ ਵੱਖਰੇ ਪਾ ਲਓ। ਅਤੇ ਅੱਜ ਇੱਦਾਂ ਮੈਂ ਮੋਸ਼ਨੇ ਨਾਲ ਇਹਨੂੰ ਖਿੱਚਣ ਡਿਆ ਹੈ ਨਾ, ਇਹ ਜਿੰਨੇ ਵੀ ਦੋਵੇਂ ਕਲੋਜ਼ ਹੋਣਗੇ ਨਾ ਉਨੇ ਜ਼ਿਆਦਾ ਸੋਹਣੇ ਅਤੇ 3D ਹੋਣਗੇ। ਇਹ ਪੱਗ ਤੋਂ ਨਾਲ ਹੀ ਬਾਅਦ 'ਚ ਮੈਂ ਇੱਕ ਵੀਡੀਓ ਪਾਊਂਗਾ ਉਹਦੇ 'ਚ ਇਸੇ ਤੋਂ ਇਹ ਪੇਅਰ ਦੇ ਹੀ ਮੈਂ ਸਟਾਈਲ ਨੂੰ ਥੋੜ੍ਹਾ ਜਿਹਾ ਚੇਂਜ ਕਰਤਾ, ਅਤੇ ਜਾਂ ਉਹਦੇ ਤੋਂ ਬਾਅਦ 'ਚ ਵੀ ਇੱਕ ਥੋੜ੍ਹਾ ਸਟਾਈਲ ਦੂਰ ਛੋਟੇ ਥੋੜ੍ਹੀ ਜਿਹੀ ਇੱਕ ਹੋਊਗੀ 5-7 ਮਿੰਟ ਦੀ ਵੀਡੀਓ, ਉਹ ਜ਼ਰੂਰ ਵੇਖਿਓ ਇਹਦਾ ਬਣੇ ਬਣਾਏ ਜਿਹੜਾ ਸਟਾਈਲ ਆ ਉਹਨੂੰ ਚੇਂਜ ਕਿੱਦਾਂ ਕਰ ਦੇਣਾ ਉਹਦੇ 'ਚ ਮੈਂ ਉਹ ਦੱਸਿਆ। ਬਾਕੀ ਇਹ ਪੱਗਾਂ ਜਿੱਦਾਂ ਸਟਾਈਲ ਇਹਨੇ ਕਿ ਆਪਾਂ ਰੈਗੂਲਰ ਪਤਾ ਨਹੀਂ ਕਿਹੜੇ ਸਟਾਈਲ ਦੀ ਕਿੰਨੇ ਚਿਰ ਬਾਅਦ ਵਾਰੀ ਆਉਣੀ ਹੁੰਦੀ, ਜਦੋਂ ਇੱਕ ਬੰਨ ਕੇ ਥੋੜ੍ਹਾ ਪਕੇਵਾਂ ਜਿਹਾ ਹੋ ਜਾਂਦਾ ਫਿਰ ਦੂਜੇ ਵੱਲ ਧਿਆਨ ਜ਼ਿਆਦਾ ਜਾਂਦਾ।
ਇਹਦੇ 'ਚ ਹੁਣ ਆ ਗਰਦਨ 'ਚੋਂ ਬਿਲਕੁਲ ਪ੍ਰੋਪਰ ਨਹੀਂ ਹੈ, ਜਿੱਦਾਂ ਫੋਟੋਆਂ 'ਚ ਮੇਰੀ ਪੱਗ ਹੁੰਦੀ ਹੈ ਉਦੋਂ ਵੀਡੀਓ ਬਣਾਉਣ 'ਚ ਫਰਕ ਪੈ ਜਾਂਦਾ, ਯਾਨੀ ਕੈਮਰੇ ਅੱਗੇ ਰੱਖਦਿਆਂ ਰੱਖਦਿਆਂ ਉਹ ਚੀਜ਼ ਨੂੰ ਫਰਕ ਪੈ ਜਾਂਦਾ, ਉਹ ਓਨਾ ਕੰਫਰਟੇਬਲ ਹੋ ਕੇ ਨਹੀਂ ਬੰਦਾ ਬੰਨ ਸਕਦਾ ਜਿੰਨਾ ਉੱਦਾਂ ਬਿਨਾਂ ਕੈਮਰੇ ਤੋਂ ਬੰਨੀ ਦੀ ਆਪਾਂ। ਬਾਕੀ ਜਿਹੜੀਆਂ ਸ਼ੇਪਾਂ ਸੀ ਜੋ ਜਦੋਂ ਮੈਂ ਸਟਾਰਟ ਕੀਤੀ ਸੀ ਉਦੋਂ ਬਿਲਕੁਲ ਅਲੱਗ ਸੀ, ਹੌਲੀ ਹੌਲੀ ਟਾਈਮ ਪਾ ਕੇ 2-4 ਸਾਲ ਬਾਅਦ ਜਿਹੜੀ ਸ਼ੇਪ ਆ ਸਾਲ ਬਾਅਦ ਬਦਲਦੀ ਰਹਿੰਦੀ ਆ, ਜਾਂ ਆਪਣੇ ਮਨ ਨੂੰ ਕੋਈ ਨਵੀਂ ਚੰਗੀ ਲੱਗਣ ਲੱਗ ਜਾਂਦੀ, ਅਤੇ ਫਿਰ ਉਹਦੇ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਹੁਣ ਪਹਿਲਾਂ ਤੋਂ ਹੁਣ ਮੇਰੀ ਪੱਗ ਦਾ ਸਾਈਜ਼ ਬਹੁਤ ਛੋਟਾ ਵਾ, ਸ਼ਾਇਦ ਕਈਆਂ ਨੂੰ ਅਜੇ ਵੀ ਕਾਫੀ ਲੱਗਦਾ ਵੀ ਪਹਿਲਾਂ, ਪਰ ਮੇਰੀ ਪੱਗ ਦਾ ਸਾਈਜ਼ ਬਹੁਤ ਵੱਡਾ ਹੁੰਦਾ ਸੀ, ਅਤੇ ਹੁਣ ਜੇ ਮੈਂ ਵੇਖਾਂ ਤਾਂ ਮੈਨੂੰ ਉਹ ਜ਼ਿਆਦਾ ਲੱਗਦਾ, ਅਨਕੰਫਰਟੇਬਲ ਜਿਹਾ ਲੱਗਦਾ। ਅਤੇ ਹੁਣ ਵਾਲਾ ਸਟਾਈਲ ਮੈਨੂੰ ਅੱਜ ਦੇ ਟਾਈਮ ਦੇ ਹਿਸਾਬ ਨਾਲ ਮੈਨੂੰ ਸਹੀ ਲੱਗਣ ਡਿਆ। ਅੱਗੇ ਕਈ ਵੀਰ ਕਹਿੰਦੇ ਵੀ ਆ ਪਹਿਲਾਂ ਵਰਗੀ ਬੰਨਿਆ ਕਰੋ, ਪਰ ਮੈਨੂੰ ਉਹ ਥੋੜ੍ਹਾ ਜ਼ਿਆਦਾ ਵੱਡਾ ਲੱਗਦਾ ਹੁਣ। ਅਜੇ ਪਹਿਲਾਂ ਆਪਣੀ ਜਿੱਦਾਂ ਦੜਾ ਲਾ ਲਓ ਛੋਟਾ ਸੀ, ਹੁਣ ਕਾਫੀ ਫਰਕ ਪੈ ਗਿਆ, ਪਰ ਹੁਣ ਜਿਹੜਾ ਇਹ ਆਮ ਲੋਕਾਂ ਦੇ ਹਿਸਾਬ ਨਾਲ ਤਾਂ ਇਹ ਸ਼ੇਪ ਜਿਹੜਾ ਸਾਈਜ਼ ਹੈ ਅਜੇ ਵੀ ਬਹੁਤ ਵੱਡਾ, ਪਰ ਜਿਹੜੇ ਪਹਿਲਾਂ ਸ਼ੁਰੂ ਤੋਂ ਜੁੜੇ ਹੋਏ ਉਹਨਾਂ ਨੂੰ ਪਤਾ ਵੀ ਪਹਿਲਾਂ ਬੜਾ ਵੱਡਾ ਹੁੰਦਾ ਸੀ, ਅਤੇ ਉਹੋ ਹੀ ਮੰਨਣ ਲਈ ਕਹਿੰਦੇ ਆ। ਅਤੇ ਦੱਸਿਓ ਮੈਨੂੰ ਇਹਦਾ ਜਿਹੜਾ ਹੁਣ ਆਪਾਂ ਅਗਲਾ ਪਾਰਟ ਕਿਹੜਾ ਪਾਈਏ, ਇਹ ਵੀਡੀਓ ਦੇ ਨਾਲ ਇਹਦੇ ਹੋ ਜੂਗੀ ਇੱਕ ਕੱਲ੍ਹ ਨੂੰ ਹੀ, ਇਹਦੇ ਤੋਂ ਬਾਅਦ 'ਚ ਕਿਹੜੀ ਵੀਡੀਓ ਪਾਈ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ।